ਹੁਣ ਆ ਬਾਈ ਕਰਦਾ ਹੋਇਆ ਹਨਾ ਸਟੰਟ ਰਾਈਡਿੰਗ ਆ ਦੇਖੋ ਨਵੇਂ ਹਨਾ ਨਵਾਂ ਨਵਾਂ ਹਜੇ ਸ਼ੁਰੂਆਤ ਇਹਦੀ ਇਸ ਤਰ੍ਹਾਂ ਹੀ ਹੋਣੀ ਪਹਿਲਾਂ ਸਤਿਕਾਲ ਸਾਰਿਆਂ ਨੂੰ ਮੈਂ ਤੁਹਾਡਾ ਜੀ ਸਟੰਟ ਜਲੰਧਰ ਵਾਲਾ ਅਤੇ ਅੱਜ ਆਪਾਂ ਫਿਰ ਇੱਕ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਜੀ ਅੱਜ ਦੀ ਇੱਕ ਵੀਡੀਓ ਨਾ ਇੱਕ ਨਵੇਂ ਸਟੰਟ ਰਾਈਡਰ 'ਤੇ ਆ ਜਿੱਦਾਂ ਹੈ ਨਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਮੁੰਡਾ ਨਾ ਸਾਡੇ ਕੋਲ ਨਾ ਸਿੱਖਣ ਵਾਸਤੇ ਆਇਆ ਸਟੰਟ ਰਾਈਡਿੰਗ ਇਹ ਮੁੰਡਾ ਆਇਆ ਹਿਮਾਚਲ ਤੋਂ ਅਤੇ ਬਾਈ ਕਹਿੰਦਾ ਸੀ ਕਿ ਅਸੀਂ ਸਟੰਟ ਰਾਈਡਿੰਗ ਸਿੱਖਣੀ ਆ ਅਤੇ ਮੈਂ ਨਾ ਕਾਫੀ ਚਿਰ ਤੋਂ ਹੈ ਨਾ ਕੰਟੈਕਟ ਕੀਤਾ ਹੋਇਆ ਇਹਨੇ ਬਾਈ ਨੇ ਅਤੇ ਆਹ ਉਹ ਲੜਕਾ ਸੀ ਜਿਹੜਾ ਹੈ ਨਾ ਹਿਮਾਚਲ ਪ੍ਰਦੇਸ਼ ਤੋਂ ਆਇਆ ਸਾਡੇ ਕੋਲ ਸਟੰਟ ਰਾਈਡਿੰਗ ਸਿੱਖਣ ਵਾਸਤੇ ਅਤੇ ਸਪੈਸ਼ਲ ਆਇਆ ਹੋਇਆ ਸਟੰਟ ਰਾਈਡਿੰਗ ਸਿੱਖਣ ਵਾਸਤੇ ਹੈ ਨਾ ਜਿਹਨਾਂ ਨੂੰ ਸ਼ੌਂਕ ਹੁੰਦਾ ਬੰਦਿਆਂ ਨੂੰ ਸਟੰਟ ਰਾਈਡਿੰਗ ਦਾ ਅਤੇ ਉਹ ਕਿਤੋਂ ਵੀ ਕਿੱਥੇ ਵੀ ਜਾ ਸਕਦੇ ਆ ਅਤੇ ਹਿਮਾਚਲ ਮੈਨੂੰ ਲੱਗਦਾ 100-150 ਕਿਲੋਮੀਟਰ ਤੋਂ ਹੈ ਨਾ ਜਲੰਧਰ ਦੇ ਵਿੱਚ ਸਿੱਖਣ ਵਾਸਤੇ ਆਇਆ ਇੱਥੇ ਆ ਕੇ ਕਿਰਾਏ ਦੇ ਰੂਮ ਲਿਆ ਆਏ ਨੇ ਅਤੇ ਸਪੈਸ਼ਲ ਸਟੰਟ ਰਾਈਡਿੰਗ ਵਾਸਤੇ ਹੀ ਆਇਆ ਹੋਇਆ ਹੈ ਅਤੇ ਆ ਤੁਸੀਂ ਹੈ ਨਾ ਉਹਦਾ ਨੰਬਰ ਵੀ ਦੇਖ ਸਕਦੇ ਹੋ ਬਾਈਕ ਦਾ ਚਿੱਪੀ 22-63-40 ਅਤੇ ਆਹ ਲੜਕਾ ਉਹ ਅਤੇ ਇਹਦੀਆਂ ਆਪਾਂ ਹੈ ਨਾ ਵਿਲੀ ਦੀਆਂ ਵੀਡੀਓ ਵੀ ਦਿਖਾਉਂਦੇ ਤੁਹਾਨੂੰ ਵੀ ਕਿਸ ਤਰ੍ਹਾਂ ਵਿਲੀ ਕਰਦਾ ਪਿਆ ਅਜੇ ਨਵੀਂ ਬਾਈਕ ਆ ਅਤੇ ਇਹ ਬਾਈਕ ਹੈਗੀ ਆ 150 cc ਪਲਸਰ ਬਜਾਜ ਵਾਲਿਆਂ ਦਾ ਅਤੇ ਇਹ ਮੇਰੇ ਤੋਂ ਪਹਿਲਾਂ ਵੀ 2-3 ਵਾਰੀ ਆ ਚੁੱਕਿਆ ਅਤੇ ਹੁਣ ਥੋੜ੍ਹੀ ਜਿਹੀ ਹੈ ਨਾ ਪ੍ਰੈਕਟਿਸ ਹੋ ਚੁੱਕੀ ਹੈ ਇਹਦੀ ਹੁਣ ਸਟਾਰਟਿੰਗ ਦੀ ਵੀਲੀ ਆਪਾਂ ਹੈ ਨਾ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿਸ ਤਰ੍ਹਾਂ ਕਰਦਾ ਪਿਆ ਹੈ ਅਤੇ ਇਹਨੂੰ ਹੌਲੀ ਹੌਲੀ ਪੂਰਾ ਟ੍ਰੇਨ ਕਰਾਂਗੇ ਮੈਂ ਸਾਰੀ ਬਾਈਕ ਦੀ ਮੋਡੀਫਿਕੇਸ਼ਨ ਦੀ ਹੁਣ ਕੀ ਲੋੜ ਪੈਣੀ ਹੈ ਸਟੰਟ ਰਾਈਡਿੰਗ ਦੇ ਵਾਸਤੇ ਮੈਂ ਇਕੱਲੀ ਚੀਜ਼ ਦੱਸ ਦੂੰਗਾ ਤੁਹਾਨੂੰ ਇਹਦੇ ਬਾਰੇ ਹੁਣ ਆਹ ਬਾਈਕ ਕਰਦਾ ਹੋਇਆ ਹੈ ਨਾ ਸਟੰਟ ਰਾਈਡਿੰਗ ਆ ਦੇਖੋ ਨਵੇਂ ਹੈ ਨਾ ਨਵਾਂ ਨਵਾਂ ਹਜੇ ਸ਼ੁਰੂਆਤ ਇਹਦੀ ਇਸ ਤਰ੍ਹਾਂ ਹੀ ਹੋਣੀ ਪਹਿਲਾਂ ਅਤੇ ਥੋੜ੍ਹਾ ਟਾਈਮ ਲੈ ਕੇ 1-2 ਸਾਲ ਲੈ ਕੇ ਫਿਰ ਇਹ ਚੰਗੀ ਪ੍ਰੈਕਟਿਸ ਜਦੋਂ ਕਰੂਗਾ ਫਿਰ ਇਹਦੀ ਸਟੰਟ ਰਾਈਡਿੰਗ ਬੈਟਰ ਹੋਊਗੀ ਅਤੇ ਹੁਣ ਕੋਸ਼ਿਸ਼ ਕਰਦਾ ਪਿਆ ਜਿੰਨੀ ਕੁ ਚੱਕ ਹਾਂ ਸਟਾਰਟਿੰਗ ਇਹਦੀ ਜਿਹੜੀ ਵਿਲੀ ਹੈ ਨਾ ਇਸ ਤਰ੍ਹਾਂ ਹੀ ਹੋਣੀ ਆ ਅਤੇ ਮੈਂ ਇਹਨੂੰ ਫਿਰ ਕੋਸ਼ਿਸ਼ ਕਰਦਾ ਹੈ ਨਾ ਸਮਝਾਉਣ ਦੀ ਵੀ ਕਿੱਦਾਂ ਸਮਝਾ ਸਕਦੇ ਹਾਂ ਮੇਰੇ ਪਿੱਛੇ ਉਹ ਲੱਗਾ ਹੋਇਆ ਸਟੰਟ ਰਾਈਡਿੰਗ ਕਰਨ ਅਤੇ ਵਧੀਆ ਕੰਮ ਕਰਨ ਰਿਹਾ ਹੈ ਨਾ ਜਿੱਦਾਂ 3-4 ਦਿਨਾਂ ਦੇ ਵਿੱਚ ਹੈ ਨਾ ਇੰਨੀ ਕੁ ਸਟੰਟ ਰਾਈਡਿੰਗ ਹੈ ਨਾ ਵਿਲੀ ਅਪ ਕਰਨ ਰਿਹਾ ਡਾਊਨ ਕਰਨ ਰਿਹਾ ਅਪ ਕਰਨ ਰਿਹਾ ਡਾਊਨ ਕਰਨ ਰਿਹਾ ਅਤੇ ਇਹ ਹੁਣ ਪ੍ਰੈਕਟਿਸ ਦੇ ਸਿਰ 'ਤੇ ਆ ਹੈ ਨਾ ਜਿੰਨੀ ਪ੍ਰੈਕਟਿਸ ਇਹ ਕਰੂਗਾ ਅਤੇ ਉਨਾ ਹੀ ਬੈਟਰ ਹੁੰਦਾ ਜਾਊਗਾ ਇਹ ਰੋਜ਼ 1/2-1.5 ਘੰਟਾ ਜੇ ਪ੍ਰੈਕਟਿਸ ਕਰੂਗਾ ਅਤੇ ਆਪਣੇ ਵਰਗਾ ਹੀ ਬਣ ਜਾਊਗਾ ਕਰੀਬਨ ਇਹ ਕੋਸ਼ਿਸ਼ ਕਰਾਂਗੇ ਇਸ ਲੜਕੇ ਨੂੰ ਨਾ ਆਪਾਂ ਪ੍ਰੋਪਰ ਸਟੰਟ ਰਾਈਡਰ ਬਣਾਵਾਂਗੇ ਇੱਕ ਹੈ ਨਾ ਜਿੰਨੇ ਕੁ ਆਪਾਂ ਹੈ ਨਾ ਕਰਦੇ ਪਏ ਹਾਂ ਹੁਣ ਜਲੰਧਰ ਦੇ ਵਿੱਚ ਤਾਂ ਉਨਾ ਕੁ ਤਾਂ ਬਣਾਵਾਂਗੇ ਜਿੰਨਾ ਕੁ ਅਸੀਂ ਹੈਗੇ ਹਾਂ ਉਨੇ ਕੁ ਤਾਂ ਇਹਨੂੰ ਟ੍ਰੇਨ ਕਰਾਂਗੇ ਜੀ ਅਤੇ ਟਾਈਮ ਲੱਗੂ ਥੋੜ੍ਹਾ ਜਿਹਾ 1-2 ਸਾਲ ਜਾਂ 2 ਸਾਲ ਲੱਗ ਸਕਦੇ ਹੈ ਨਾ ਜਿੰਨਾ ਵੀ ਲੱਗ ਸਕਦੇ ਆ ਅਤੇ ਹਜੇ ਤਾਂ ਨਵਾਂ ਨਵਾਂ ਹੀ ਹੈ ਬਿਲਕੁਲ ਹੈ ਨਾ ਇਹ ਸਟੰਟ ਰਾਈਡਿੰਗ ਦੇ ਵਿੱਚ ਮੀਨਿੰਗ ਤਾਂ ਚਲੋ ਹੈ ਨਾ ਕਾਫੀ ਟਾਈਮ ਹੋ ਗਿਆ ਸਟੰਟ ਰਾਈਡਿੰਗ ਦੇ ਵਿੱਚ ਹੈ ਨਾ ਕਰਦਿਆਂ ਹੋਇਆ ਆਹ ਮੁੰਡੇ ਦੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਅਤੇ ਮੇਰੀਆਂ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਤੱਕ ਲਈ ਰੱਬ ਰੱਖਾ।